है नहीं गा उहदा। फिर तुसीं नावलकार गीतकार ओ भी जदों असल च ना मैं छोटा सी जदों 7-8 सालों का भी बच्चे की सुरत बननी शुरू होंदी है तो उहदे मेरे ना एक कीड़ा जिहा भी ना बनाउणा भी किवें ना बनाउणा ही बनाउणा है ना किवें किवें ना किवें। तां थोड़े जे वड्डे होए मेरे उस्ताद है मनजीत भलवान जी ਉਹ ਭਲਵਾਨੀ ਕਰਦੇ ਹੁੰਦੇ ਸੀ ਉਹਨਾਂ ਨੂੰ ਵੇਖ ਕੇ ਉਹਨਾਂ ਦੀਆਂ ਗੱਲਾਂ ਅਸਰ ਕਰ ਗਈਆਂ ਤਾਂ ਮੈਂ ਸ਼ਾਰਟਪੁੱਟ ਮੇਰੇ ਪਿੰਡੋਂ ਜਗਤਾਰ ਭਰਾ ਉਹ ਗੋਲਾ ਸਿੱਟਦਾ ਹੁੰਦਾ ਸੀ ਮੈਨੂੰ ਉਹ ਲੱਗਿਆ ਵੀ ਮੈਂ ਯਾਰ ਗੋਲਾ ਇਹਦੇ ਵਿੱਚ ਨਾ ਨਾਮ ਬਣਾਉਣਾ ਚ ਮੈਂ ਇਹਦੇ 'ਚ ਬਣ ਜਾਉ ਵੀ ਇੰਟਰਨੈਸ਼ਨਲ ਪਲੇਅਰ ਬਣਨਾ ਚਾਹੁੰਦਾ ਸੀ ਮੈਂ ਗੋਲੇ ਦੇ ਵਿੱਚ ਅਤੇ ਉਹਦੇ ਵਿੱਚ ਪੈ ਗਿਆ ਮਿਹਨਤ ਕਰਦਾ ਰਿਹਾ ਅਤੇ ਇੱਕ ਟਾਈਮ 'ਤੇ ਆ ਕੇ ਇੰਡੀਆ ਵੀ ਖੇਡਿਆ ਬੜਾ ਤਕੜਾ ਮੇਰਾ ਲਾਸਟ ਟਾਈਮ 2012 ਯੂਨੀਵਰਸਿਟੀ ਖੇਡਿਆ ਮੈਂ ਮੈਡਲ ਮਾਰਿਆ ਪਰ ਉਹਦੇ 'ਚ ਗੋਡੇ 'ਤੇ ਸੱਟ ਲੱਗ ਗਈ ਸੀ ਪਿੰਡ ਮੈਂ ਕਬੱਡੀ ਖੇਡ ਪਿਆ ਸੀ ਉਹਦੇ ਨਾਲ ਨਾ ਮੇਰੀ ਗੇਮ ਖਤਮ ਹੋ ਗਈ ਸੀ ਗੇਮ ਗੱਲ ਬਣੀ ਨਹੀਂ ਮੈਂ ਨੌਕਰੀ ਮਿਲਦੀ ਮਿਲਦੀ ਰਹਿ ਗਈ ਮੇਰਾ ਜਿਹੜੀ ਪਰਫੋਰਮੈਂਸ ਸੀ ਤਕੜੀ ਸੀ ਨੌਕਰੀ ਮਿਲ ਵੀ ਜਾਂਦੀ ਪਰ ਉਹ ਮੈਨੂੰ ਛੱਡਣੀ ਪੈ ਗਈ ਗੇਮ ਹੋਰ ਕਈ ਕਾਰਨ ਬਣ ਗਏ ਪਰ ਉਹ ਜਿਹੜਾ ਅੰਦਰ ਸੀਗਾ ਵੀ ਮੈਂ ਯਾਰ ਨਾਂ ਬਣਾਉਣਾ ਹੀ ਬਣਾਉਣਾ ਫਿਰ ਬਾਈ ਇਹ ਗੀਤਕਾਰੀ ਤੇ ਮੈਂ ਨਾਵਲਕਾਰੀ ਉਹੀ ਦੱਸਦਾ ਵੀ ਉਹ ਕੀੜਾ ਸੀ ਜਿਹੜਾ ਨਾਂ ਬਣਾਉਣ ਵਾਲਾ ਉਹ ਸ਼ਾਂਤ ਨਹੀਂ ਹੋਇਆ ਉਹ ਫਿਰ ਮੈਂ ਯਾਰ ਫਿਰ WWE ਕਰ ਲੈਂਦੇ ਹਾਂ ਫਿਰ ਮੈਂ WWE ਸਿੱਖੀ ਉਹ ਸਿੱਖ ਲਈ ਉਹਦਾ ਸਕੋਪ ਹੈ ਨਹੀਂ ਸੀ ਫਿਰ ਮੈਂ ਯਾਰ ਵੀ ਗੀਤਕਾਰ ਦੇ ਤੌਰ 'ਤੇ ਨਾਂ ਬਣਾਉਣਾ ਫਿਰ ਮੈਂ ਬਾਈ ਕਿਤਾਬਾਂ ਪੜ੍ਹੀਆਂ ਬਹੁਤ ਮੈਂ 2000-3000 ਗਾਣਾ ਲਿਖਤਾ ਹੋਣਾ ਇੰਨਾ ਗਾਣਾ ਵੀ ਲਿਖਿਆ ਹੋਣਾ ਨਾਵਲ ਵੀ ਲਿਖੇ ਵੀ ਨਾਂ ਹੈ ਨਾਂ ਹੀ ਬਣਾਉਣਾ ਸੀਗਾ ਵੀ ਗੀਤਕਾਰਾਂ ਦਾ ਵੀ ਵਧੀਆ ਨਾਂ ਹੈ ਮੈਨੂੰ ਲੱਗਿਆ ਵੀ ਯਾਰ ਇਸ ਕੰਮ ਦੇ ਵਿੱਚ ਵੀ ਕਿਤਾਬਾਂ ਕਤੂਬਾਂ ਪੜ੍ਹੀਆਂ ਜਿਹੜੇ ਗੀਤ ਜਿਹੜੀ ਆ ਹੁਣ ਮੈਂ ਕਮੇਟੀ ਕਰਦਾ ਇਹ ਉਸ ਚੀਜ਼ 'ਚੋਂ ਆਈ ਆ ਅਤੇ ਫਿਰ ਮੇਰਾ ਨਾਂ ਹੁਣ ਜਿਹੜਾ ਗੀਤਕਾਰ ਆਉਂਦਾ ਹੈ ਗੀਤਕਾਰ ਵੀ ਬਹੁਤ ਹੈ ਮੈਂ ਇੱਕ ਦੋ ਕਲਾਕਾਰਾਂ ਕੋਲ ਗਿਆ ਉਹਨਾਂ ਨੇ ਵਧੀਆ ਰਿਸਪੈਕਟ ਦਿੱਤੀ ਪਰ ਗਾਣੇ ਨਾ ਆਏ ਤਾਂ ਉਹਦੇ 'ਚ ਵੀ ਮੈਨੂੰ ਲੱਗਿਆ ਵੀ ਯਾਰ ਛੱਡੋ ਵੀਰੇ ਇਹ 'ਚ ਗੱਲ ਬਣਦੀ ਨਹੀਂ ਅਤੇ ਵੀ ਨਾਂ ਬਣਾਉਣਾ ਫਿਰ ਉਹ ਕੀੜਾ ਜਿਹੜਾ ਤੁਸੀਂ ਕਿਹਾ ਵੀ ਇੰਨਾ ਕੁਛ ਪੜ੍ਹਦਾ ਰਿਹਾ ਜਾਂ ਵੀ ਉਹ ਮਰਿਆ ਨਹੀਂ ਕਦੇ ਵੀ ਕਮੇਟੀ ਕਰਨਾ ਮੇਰਾ ਕਦੇ ਵੀ ਸ਼ੌਂਕ ਨਹੀਂ ਸੀ ਅਤੇ ਗੁਰਬਾਣੀ ਦਾ ਇੱਕ ਸ਼ਬਦ ਹੈ ਇੱਕੋ ਹੀ ਸ਼ਬਦ ਬਹੁਤ ਹੈ ਜੇ ਬੰਦੇ ਨੂੰ ਸਮਝ ਆ ਜੇ ਹਰੇਕ ਬੰਦੇ ਨੂੰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਵੀ ਭਗਵਾਨ ਦੇ ਹੁਕਮ 'ਚੋਂ ਕੋਈ ਚੀਜ਼ ਬਾਹਰ ਹੈ ਹੀ ਨਹੀਂ ਉਹਦੇ ਹੁਕਮ ਦੇ ਦੁਆਲੇ ਘੁੰਮਦੀ ਹੈ ਕੋਈ ਵੀ ਚੀਜ਼ ਬੰਦਾ ਚਾਹ ਕੇ ਕੁਛ ਵੀ ਨਹੀਂ ਕਰ ਸਕਦਾ ਤੁਸੀਂ ਵੀ ਕੁਛ ਨਹੀਂ ਕਰ ਸਕਦੇ ਮੈਂ ਵੀ ਬਿਲਕੁਲ ਇਹੋ ਸਕਦਾ ਤੁਹਾਡਾ ਨਾਂ ਮੰਨਣਾ ਹੋਵੇ ਪਰ ਮੇਰਾ ਮੰਨਣਾ ਇਹੀ ਹੈ ਵੀ ਉਹ ਬੰਦੇ ਨੂੰ ਉਹੀ ਚਲਾਉਂਦਾ ਉਹੀ ਸਮੱਤ ਬਖਸ਼ਦਾ ਜੋ ਵੀ ਅੱਜ ਆਪਣੇ ਕੋਲ ਕਾਇਮ ਰਿਹਾ ਸਾਰਾ ਕੁਛ ਵੀ ਮੰਨ ਲਓ ਇੰਨੀਆਂ ਟੈਕਨੀਕ ਹੈ ਅਤੇ ਇਹ ਵੀ ਜੇ ਤੁਸੀਂ ਕਹੋ ਵੀ ਇਹ ਤਾਂ ਵਿਗਿਆਨ ਨੇ ਬਣਾਇਆ ਤਾਂ ਵਿਗਿਆਨ ਵੀ ਬੰਦੇ ਨੇ ਬਣਾਈ ਬੰਦੇ ਨੂੰ ਸੋਚ ਵੀ ਭਗਵਾਨ ਨੇ ਦਿੱਤੀ ਵੀ ਉਹਦੇ ਹੁਕਮ 'ਚ ਬਣੀ ਆ ਹਰੇਕ ਚੀਜ਼ ਮੇਰਾ ਮੰਨਣਾ ਇਹ ਹੈ ਸੋ ਵੀ ਜਿਹੜੀ ਕਮੇਟੀ ਹੈ ਇਹ ਮੇਰਾ ਸ਼ੌਂਕ ਨਹੀਂ ਸੀ ਇਹ ਉਹ ਲੈ ਆਇਆ ਮੈਨੂੰ ਇੱਧਰ ਮੇਰਾ ਅੰਦਰ ਇਹ ਸੀਗਾ ਵੀ ਮੈਂ ਨਾਂ ਬਣਾਉਣਾ ਹੈ ਅਰਦਾਸ ਹੁੰਦੀ ਹੈ ਨਾ ਮੇਰੇ ਜਪਜੀ ਸਾਹਿਬ ਕੰਠ ਹੈ ਚੌਬਈ ਸਾਹਿਬ ਕੰਠ ਹੈ ਅਰਥ ਵੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਲਈ ਬਾਠੀ ਵੀ ਹਾਂ ਮੈਂ ਵੀ ਬਾਹਲੀਆਂ ਚੀਜ਼ਾਂ ਵੀ ਮੈਂ ਕਰੀਆਂ ਵੀ ਉਹਦੇ ਵਿੱਚੋਂ ਉਹ ਚੀਜ਼ਾਂ ਨਿਕਲਦੀਆਂ ਵੀ ਉਹ ਮੇਰੇ ਅੰਦਰ ਸੀਗੀਆਂ ਆਸਾਂ ਅਰਦਾਸਾਂ ਅਤੇ ਉਹ ਫਿਰ ਮਹਾਰਾਜ ਨੇ ਕਿਹਾ ਵੀ ਇਹਨੂੰ ਦੇਣਾ ਹੈ ਕੋਈ ਨਾਂ ਮੈਂ ਕਿਸੇ ਟਾਈਮ ਸੋਚਤਾ ਸੀ ਮੈਂ ਗੋਲੇ ਦੇ ਵਿੱਚ ਨਾਂ ਬਣਾਉਣਾ ਹੈ ਤੇ ਮੈਨੂੰ ਇਹ ਲੱਗਦਾ ਵੀ ਗੋਲੇ ਵਾਲਿਆਂ ਦਾ ਉਹਨਾਂ ਨਾਮ ਨਹੀਂ ਹੋਣਾ ਵੀ ਜਿੰਨਾ ਮੇਰਾ ਨਾਂ ਹੈ ਵੀ ਉਹਨੇ ਇਹ ਸੋਚਿਆ ਵੀ ਇਹਨੂੰ ਨਾਂ ਵੱਧ ਦੇਣਾ ਹੈ ਗੋਲੇ 'ਚ ਤਾਂ ਘੱਟ ਬਣਨਾ ਹੈ ਉੱਥੇ ਮੈਨੂੰ ਨਹੀਂ ਮੇਰਾ ਬਣਿਆ ਕੰਮ ਹੋਰ ਅਤੇ ਇਧਰਲੇ ਪਾਸੇ ਮੈਨੂੰ ਨਾਂ ਬਣਾਉਣਾ ਸੀ ਜਾਂ ਹੋਰ ਪਤਾ ਮੈਂ ਮੈਨੂੰ ਲੱਗਦਾ ਵੀ ਮੈਂ ਹਰੇ ਬਹੁਤ ਕੁਛ ਕਰਨਾ ਸੀ ਤਾਂ ਸ਼ੁਰੂਆਤ ਹੈ ਤਾਂ ਮੈਂ ਉਹਨੂੰ ਬਖਸ਼ ਦੇਣਾ ਵੀ ਉਹਦੇ ਹੁਕਮ 'ਚ ਚੱਲ ਰਿਹਾ ਸਾਰਾ ਕੁਛ ਇੱਧਰ ਤਾਂ ਆ ਗਿਆ ਭਾਈ ਤੁਹਾਨੂੰ ਨਹੀਂ ਲੱਗਦਾ ਯਾਰ ਅੱਜ ਪੰਜਾਬ ਬੇਤਰਤੀਬਾ ਹੈ ਸਰਕਾਰ ਖੇਡ ਅਤੇ ਨਸ਼ਾ ਇਹ ਕਿਸੇ ਤਰਤੀਬ 'ਚ ਨਹੀਂ ਚੱਲ ਰਿਹਾ ਮੈਂ ਨਹੀਂ ਕਹਿੰਦਾ ਕਿ ਨਸ਼ਾ ਇਸ ਜਵਾਨੀ ਕੋਲ ਆਇਆ ਸਾਡੇ ਬਾਪੂਆਂ ਵੇਲੇ ਵੀ ਸੀ ਸਾਡੇ ਦਾਦਿਆਂ ਵੇਲੇ ਵੀ ਸੀ ਪਰ ਇੱਕ ਤਰਤੀਬ ਸੀ ਮੈਨੂੰ ਲੱਗਦਾ ਸਾਰਾ ਕੁਛ ਤਰਤੀਬ 'ਚ ਚੱਲ ਰਿਹਾ ਸਰਕਾਰ ਵੀ ਨਸ਼ਾ ਵੀ ਇਹ ਕੋਈ ਬੰਦਾ ਤਰਤੀਬ 'ਚ ਹੀ ਚਲਾ ਰਿਹਾ ਇਹਨੂੰ ਕੋਈ ਬੰਦਾ ਹਾਂ ਵੀ ਇਹ ਤਰਤੀਬ 'ਚ ਹੀ ਹੈ ਮੇਰੇ ਹਿਸਾਬ ਨਾਲ ਕੁਝ ਘਰਾਣਿਆਂ ਦੀ ਤਰਤੀਬ 'ਚ ਹੈ ਹਾਂ ਤਰਤੀਬ 'ਚ ਹੈ ਵੀ ਜਿੱਥੇ ਆਪਾਂ ਜਦੋਂ ਨਿਊ ਵਰਲਡ ਆਰਡਰ ਪੜ੍ਹਦੇ ਹਾਂ ਨਿਊ ਮਿਲਾਟੀ ਪੜ੍ਹਦੇ ਹਾਂ ਵੀ ਉਹ ਬੰਦੇ ਜਿਹੜੇ ਵਰਲਡ ਦੀ ਇਕਨੋਮੀ ਕੁਛ ਕੁ ਬੰਦਿਆਂ ਦੇ ਹੱਥ 'ਚ ਹੈ ਵੀ ਆਪਣੇ ਕਈ ਬੰਦੇ ਜਿਹੜੇ ਹੁੰਦੇ ਆ ਨਾ ਕਈ ਉਹ ਇਹ ਗੱਲ ਕਰ ਦਿੰਦੇ ਵੀ ਸਾਡਾ ਪੰਜਾਬ ਗੁਲਾਮ ਹੈ ਮੈਂ ਇਹ ਕਰਦਾ ਹੁੰਦਾ ਵੀ ਆਪਣੇ ਪੂਰਾ ਹਿੰਦੁਸਤਾਨੀ ਗੁਲਾਮ ਇਕੱਲਾ ਪੰਜਾਬ ਨਹੀਂ ਆਪਣਾ ਵੀ ਉਹ ਪੰਜਾਬ ਥੋੜ੍ਹਾ ਜਿਹਾ ਸਟੇਟ ਡੀਪ ਸਟੇਟ ਦੇ ਗੁਲਾਮ ਆ ਇਹਦਾ ਵੀ ਪਰ ਮੈਨੂੰ ਲੱਗਦਾ ਵੀ ਗੋਰਿਆਂ ਦਾ ਗੁਲਾਮ ਆਪਣਾ ਪੂਰਾ ਹਿੰਦੁਸਤਾਨ ਹੀ ਹੈ ਪਰ ਭਾਈ ਆਮ ਲੋਕਾਂ ਦੀ ਤਰਤੀਬ 'ਚ ਕਦੋਂ ਆਊਗਾ ਇਹ
ਇਹ ਤਾਂ ਲੂਮੀਨਾਟੀ ਦੀ ਤਰਤੀਬ ਵਿੱਚ ਤੁਸੀਂ ਕਹਿ ਦਿੱਤਾ ਜਾਂ ਕਹਿ ਲਈਏ ਕਿ ਕੁਝ ਚੰਦ ਘਰਾਣਿਆਂ ਦੀ ਤਰਤੀਬ ਵਿੱਚ ਸਭ ਕੁਝ ਚੱਲਦਾ ਹੈ, ਪਰ ਆਮ ਲੋਕਾਂ ਦੀ ਤਰਤੀਬ ਵਿੱਚ ਕਦੇ ਆਉਂਦਾ ਨਹੀਂ ਹੁੰਦਾ। ਬਾਈ ਜੀ ਉਹਦੇ ਉੱਤੇ ਨਾ ਵੀ ਸਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਪੈਣਾ, ਸਿੱਖਿਆ ਦਾ ਸਾਡਾ ਲੈਵਲ ਬਹੁਤ ਨੀਵਾਂ ਹੈਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਤਾਂ ਅੰਗਰੇਜ਼ਾਂ ਨੇ ਕਿਹਾ ਸੀ ਵੀ ਜੇ ਤੁਹਾਡੇ ਕੋਲ ਕਾਇਦੇ ਪਏ ਆ ਸਾਨੂੰ ਜਮ੍ਹਾਂ ਕਰਾ ਦਿਓ, ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ। ਲੋਕਾਂ ਨੇ ਕਾਇਦੇ ਜਮ੍ਹਾਂ ਕਰਾਤੇ ਸੀ ਉਦੋਂ, ਪੈਸੇ ਲੈਣ ਦੇ ਮਾਰਿਆਂ ਨੇ ਸਾਡੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਅੰਗਰੇਜ਼ਾਂ ਨੇ ਔਫਰਾਂ ਦਿੱਤੀਆਂ ਵੀ ਜਿਹਨਾਂ ਜਿਹਨਾਂ ਕੋਲ ਸਾਡਾ ਸਿੱਖਿਆ ਦਾ ਪੱਧਰ ਬਹੁਤ ਉੱਚਾ ਸੀ ਉਸ ਟਾਈਮ। ਮੈਨੂੰ ਲੱਗਦਾ ਵੀ ਉੱਥੋਂ ਸਾਡਾ ਜਿਹੜਾ ਟੁੱਟ ਗਿਆ ਸੀ ਉਹ ਉੱਥੋਂ ਸ਼ੁਰੂ ਕਰਨਾ ਪੈਣਾ, ਸਿੱਖਿਆ ਦਾ ਲੈਵਲ ਉੱਪਰ ਚੱਕਣਾ ਪੈਣਾ। ਅੱਜ ਸਾਡੇ ਜਿਹੜੇ ਮੱਧ ਵਰਗੀ ਜਾਂ ਲੋਅ ਮਿਡਲ ਕਲਾਸ ਲੋਕ ਹੈਗੇ ਉਹਨਾਂ ਦੇ ਬੱਚਿਆਂ ਨੂੰ ਸਹੂਲਤ ਦੇਣੀ ਬਹੁਤ ਜ਼ਰੂਰੀ ਹੈ। ਜੇ ਮੈਂ ਆਪ ਮੇਰੇ ਕੋਲ 2 ਰੁਪਈਏ ਮੈਂ ਚੰਗੇ ਸਕੂਲ 'ਚ ਬੱਚਾ ਪੜ੍ਹਾ ਲੂੰਗਾ ਤਾਂ ਮੈਂ ਸਮਝਦਾ ਵੀ ਮੇਰੇ ਇਕੱਲੇ ਬੱਚੇ ਦੇ ਪੜ੍ਹਨ ਨਾਲ ਸਮਾਜ ਦਾ ਭਲਾ ਨਹੀਂ ਹੋਣਾ, ਵੀ ਮੇਰਾ ਬੱਚਾ ਮੰਨ ਲਓ ਬਹੁਤ ਵਧੀਆ ਸੋਚ ਰੱਖੂਗਾ ਅਤੇ ਜੇ ਵੋਟਾਂ ਬਹੁਤ ਘੱਟ ਪੜ੍ਹਿਆਂ ਦੀਆਂ ਹੋਈਆਂ ਤਾਂ ਵੀ ਫੈਸਲੇ ਤਾਂ ਫਿਰ ਉਸ ਹਿਸਾਬ ਨਾਲ ਹੋਣਗੇ। ਵੀ ਜਿਹੜਾ ਲੈਵਲ ਆ ਉਹ ਉੱਥੋਂ ਚੱਕਣ ਵਾਲਾ ਸਾਰਾ ਚੱਕਣਾ ਪੈਣਾ ਹੈਗਾ, ਉਹ ਸਿੱਖਿਆ ਪ੍ਰਣਾਲੀ ਮਜ਼ਬੂਤ ਕਰਨੀ ਪੈਣੀ ਹੈ। ਜਦੋਂ ਸਿੱਖਿਆ ਪ੍ਰਣਾਲੀ ਮਜ਼ਬੂਤ ਹੋਊਗੀ ਫਿਰ ਉਹ ਬਹੁਤ ਸਾਰੇ ਜਿੰਨੇ ਵੀ ਚੀਜ਼ਾਂ ਫਿਰ ਹੱਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਪਰ ਮੈਨੂੰ ਉਹ ਲੱਗਦਾ ਨਹੀਂ ਅਜੇ, ਹਜੇ ਟਾਈਮ ਲੱਗੂਗਾ।